ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ, ਅੱਜ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਜੀ ਪੰਜਾਬ ਵੱਲ ਜਿਹੜਾ ਬਹੁਤ ਵੱਡਾ ਸੰਕਟ ਜਿਹੜਾ ਉਹ ਤੁਰਿਆ ਹੁੰਦਿਆ, ਕਿਸ ਤਰ੍ਹਾਂ ਜਿਹੜੀਆਂ ਆਪਣੀਆਂ ਜ਼ਮੀਨਾਂ ਉਹਨਾਂ ਨੇ ਹੜੱਪਣੀਆਂ ਅਤੇ ਕਿਸ ਤਰ੍ਹਾਂ ਆਪਣੀ ਜ਼ਮੀਨਾਂ 'ਤੇ ਕਬਜ਼ਾ ਕਰਨਾ, ਤੁਹਾਨੂੰ ਇੱਕ ਜਿਹੜਾ ਸਾਰੀ ਗੱਲਬਾਤ ਪੂਰੀ ਸਰਵਨ ਸਿੰਘ ਭਦੇਰ ਆਪਣੇ ਜਿਹੜੇ ਲੀਡਰ ਆ ਕਿਸਾਨ ਸੰਘਰਸ਼ ਕਮੇਟੀ ਦੇ ਉਹ ਦੱਸਣਗੇ। ਜਿਹੜੀ ਅਸੀਂ ਕਲਸ਼ ਯਾਤਰਾ ਸ਼ਹੀਦ ਸੁਭਕਰਨ ਸਿੰਘ ਜੀ ਦੀ ਪੂਰੇ ਦੇਸ਼ 'ਚ ਲੈ ਕੇ ਜਾਣੀ ਸੀ, ਉਹਦੇ ਤਹਿਤ ਹੀ ਅੱਜ ਅਸੀਂ ਜਿਹੜਾ ਵਾ ਆਪਣਾ ਵਾਈ ਨਾਟ ਇਹ ਪਿੰਡ ਹੈਗਾ ਅਸ਼ੂਰ ਆਰਾਮਈ ਪਿੰਡ ਆ, ਔਰ ਇੱਥੇ ਜਿਹੜੀ ਕੰਪਨੀ ਆ ਉਹ ਕੰਪਨੀ ਹੈਗੀ ਆ ਹਰੀਸਨਸ ਮਲਿਆਲਮ ਲਿਮਿਟਿਡ, ਜਿਹਦੇ ਆ ਹੇਠ ਆ ਸਾਰਾ ਕਬਜ਼ਾ ਵਾ। ਤੁਹਾਨੂੰ ਦੱਸਣਾ ਇਹ ਸੀਗਾ ਇੱਥੇ ਖਲੋ ਕੇ ਵੀ ਇੱਥੇ ਚਾਹ ਦੇ ਬਗਾਨਾਂ ਦੇ ਜਿਹੜੇ ਖੇਤੀ ਕਰਦੇ ਨੇ, ਕੌਫੀ ਦੇ ਖੇਤੀ ਵੀ ਇੱਥੇ ਹੁੰਦੀ ਆ, ਇੱਥੇ ਕਾਲੀ ਮਿਰਚ ਦੀ ਖੇਤੀ ਵੀ ਹੁੰਦੀ ਆ, ਕੇਲਾ ਵੀ ਹੈਗਾ, ਹੋਰ ਵੀ ਹੈਗੇ ਜਿੱਥੇ ਇੱਥੇ ਖੜੇ ਇਹ ਖੇਤੀ ਜ਼ਿਆਦਾ ਹੁੰਦੀ ਆ। ਤਾਂ ਅਸੀਂ ਕਿਹਾ ਅਮੀਰ ਹੋਣਗੇ ਕਿਸਾਨ, ਕਹਿੰਦੇ 1951 ਦਾ ਐਕਟ ਤਹਿਤ ਇਹਨਾਂ ਦਾ ਸਮਝੌਤਾ ਸੀ, ਇਹਦੋਂ ਪਹਿਲਾਂ ਕਿਸਾਨ ਸਿੱਧੀਆਂ ਇਹ ਸਰਕਾਰ ਦੀਆਂ ਜ਼ਮੀਨਾਂ ਸੀ ਸਿੱਧੀਆਂ ਲੀਜ਼ 'ਤੇ ਲੈਂਦੇ ਸੀ। ਉਸ ਐਕਟ ਤਹਿਤ ਪ੍ਰੋਵੀਜ਼ਨ ਸੀ ਵੀ 4 ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਕੁਛ ਵੀ ਕਹਿ ਲਓ ਖੇਤੀ ਕਰਨ ਵਾਲਿਆਂ ਨੂੰ 1 ਕਿੱਲਾ ਜ਼ਮੀਨ ਮਿਲੂਗੀ, ਠੀਕ ਆ, ਔਰ ਉਹ ਕਮਾਈ ਕਰਨਗੇ ਪੂਰੀ, ਉਹਨਾਂ ਨੂੰ ਵਧੀਆ ਹੋਊਗੀ। ਤਾਂ ਦੂਜਾ ਉਹਦੇ ਵਿੱਚ ਸੀਗਾ ਵੀ ਸੋਸ਼ਲ ਸਿਕਿਉਰਿਟੀ ਦਾ ਪੂਰਾ ਸੀਗਾ ਵੀ ਜਿਵੇਂ ਕੋਈ ਬਿਮਾਰ ਹੋ ਗਿਆ, ਕੋਈ ਖੇਤੀ 'ਚ ਹਾਦਸਾ ਹੋ ਗਿਆ, ਹੋਰ ਐਜੂਕੇਸ਼ਨ ਵਗੈਰਾ ਦਾ ਵੀ ਸਾਰਾ ਕੁਝ ਉਹ ਧਿਆਨ ਰੱਖਣਗੇ। ਪਰ ਹੁਣ ਸਰਕਾਰ ਇੱਥੇ ਖੱਬੇ ਪੱਖੀਆਂ ਦੀ ਸਰਕਾਰ ਹੈ, ਪੂਰੀ ਤਰ੍ਹਾਂ ਕਾਰਪੋਰੇਟ ਦਾ ਕਬਜ਼ਾ। ਇਹ ਜਿਹੜੀ ਮੈਂ ਕੰਪਨੀ ਦੇਖਿਆ ਹਰੀਸਨ ਮਲਿਆਲਮ ਲਿਮਿਟਿਡ, ਉਹਨੇ ਇਹ ਸਾਰੇ 76,000 ਏਕੜ ਕਹਿੰਦੇ ਇਹ ਜ਼ਮੀਨ ਆ ਲਗਭਗ ਜਿੱਤੇ ਉਹ ਕਬਜ਼ਾ ਕਰ ਚੁੱਕੇ ਆ। ਇੱਥੇ ਹੁਣ ਸਵੇਰੇ ਭਰਾਓ ਜਿਹੜੀ ਅਸੀਂ ਗੱਲ ਕਹਿੰਦੇ ਸੀ 9 ਵਜੇ ਆਉਂਦੇ ਨੇ ਕਿਸਾਨ ਅਤੇ 5 ਵਜੇ ਅਤੇ 250 ਤੋਂ 300 ਰੁਪਈਆ ਮਿਲਦਾ, ਬੰਧੂਆ ਮਜ਼ਦੂਰ ਬਣ ਗਏ। ਇਹ ਤੁਹਾਨੂੰ ਦੱਸਣਾ ਸੀ ਇੱਥੇ ਕਿਸਾਨਾਂ ਕੋਲ ਇਹੀ ਪੰਜਾਬ 'ਚ ਅਗਲੇ ਕਰਨਾ ਚਾਹੁੰਦੇ ਨੇ ਇਸ ਤਰੀਕੇ ਨਾਲ। ਇਸ ਕਰਕੇ ਇਹ ਵਿਖਾਲਣਾ ਸੀਗਾ ਵੀ ਭਾਈ ਇਹ ਦੇਖ ਲਓ ਵਾਰੀ ਸਾਡੀ ਵੀ ਆਉਣ ਵਾਲੀ ਆ, ਇਸੇ ਤਰ੍ਹਾਂ ਕੰਮ ਚੱਲਣ।